ਦੇਖੋ ਜੀ ਜਿੱਦਾਂ ਦਾ ਵੀ ਮਾਹੌਲ ਬਣਿਆ ਹੋਇਆ ਚਾਹੇ ਤੁਸੀਂ ਚੌਂਕੀ ਸਮਝ ਲਓ ਚਾਹੇ ਕੋਈ ਪੰਕੀ ਸਮਝ ਲਓ ਜਿਨ੍ਹਾਂ ਨੂੰ ਇਸ ਮਹੂਰਤ ਦੀ ਖੁਸ਼ੀ ਹੈ ਉਹ ਤਾਂ ਦੋਨੋਂ ਹੱਥ ਉੱਪਰ ਕਰਕੇ ਮਾਤਾ ਰਾਣੀ ਦੇ ਨਾਮ ਜੀ ਜੈ ਜੈਕਾਰ ਇੱਕ ਨਾਲ ਵੀਡੀਓ ਬਣਾਈਆਂ ਨੇ ਯਾਰ ਤੇ ਜਿਨ੍ਹਾਂ ਨੂੰ ਇਸ ਮਹੂਰਤ ਦੀ ਖੁਸ਼ੀ ਨਹੀਂ ਹੈ ਉਹ ਚੁੱਪ ਕਰਕੇ ਬੈਠੇ ਔਰ ਜਿਸ ਥਾਂ ਤੇ ਮਹਾਮਹੀ ਦੀ ਜੋਤ ਜਗਦੀ ਨਾ ਉਹ ਥਾਂ ਪਵਿੱਤਰ ਹੋ ਜਾਂਦਾ ਤੇ ਮੰਦਿਰ ਬਣ ਜਾਂਦਾ ਹਰ ਕਿਸੇ ਜਗ੍ਹਾ ਤੇ ਮਹਾਮਹੀ ਦੀ ਜੋਤ ਨਹੀਂ ਜਗਦੀ ਆਪਾਂ ਸਾਰਾ ਸ਼ਹਿਰ ਘੁੰਮ ਲਿਆ ਜਿੱਥੇ ਕੋਈ ਗੱਲ ਏ ਤਾਂ ਹੀ ਮਹਾਮਹੀ ਦੀ ਜੋਤ ਜਗਦੀ ਹੈ ਦੇਖੋ ਜੀ ਮੈਂ ਕਿਸੇ ਨੂੰ ਮਜਬੂਰ ਨਹੀਂ ਕਰਾਂਗਾ ਕਿ ਤੁਸੀਂ ਆਪਣੇ ਹੱਥ ਉੱਪਰ ਕਰਕੇ ਜਗਾਰਾ ਲਗਾਓ ਤੇ ਜਾਂ ਫਿਰ ਆਪਣੇ ਹੱਥ ਥੱਲੇ ਕਰਕੇ ਜਗਾਰਾ ਲਗਾਓ ਜੇ ਤੁਸੀਂ ਜਗਾਰਾ ਲਗਾਉਣਾ ਹੈ ਤੁਸੀਂ ਆਪਣੇ ਵਾਸਤੇ ਲਗਾਉਣਾ ਜੇ ਮੈਂ ਜਗਾਰਾ ਲਗਾਉਣਾ ਮੈਂ ਆਪਣੇ ਵਾਸਤੇ ਲਗਾਉਣਾ ਜਿਹਨੇ ਇਸ ਮਹਾਮਹੀ ਦੇ ਦਰਬਾਰ ਦੇ ਵਿੱਚੋਂ ਖਾਲੀ ਝੋਲੀਆਂ ਭਰ ਕੇ ਜਾਣਾ ਉਹ ਦੋਨੋਂ ਹੱਥ ਉੱਪਰ ਕਰਕੇ ਜਗਾਰਾ ਲਗਾ ਰਹੀ ਹੋ ਨਹੀਂ ਜਿੰਨਾ ਹੈ ਉਦਾਂ ਬੈਠਣਾ ਮੈਂ ਕਿਸੇ ਨੂੰ ਮਜਬੂਰ ਨਹੀਂ ਕਰਨਾ ਕਰਕੇ ਬਹੁਤ ਸੱਚੇ ਦਰਬਾਰ ਕੀ ਦੇਖੋ ਜੀ ਮੈਂ ਕੋਈ ਕਲਾਕਾਰ ਨਹੀਂ ਹਾਂ ਮੈਂ ਬਹੁਤਾ ਟਾਈਮ ਗਾ ਨਹੀਂ ਸਕਦਾ ਕਿਉਂਕਿ 10 ਦਿਨ ਹੋ ਗਏ ਸਾਨੂੰ ਇੱਥੇ ਓਵਰ ਟਾਈਮ ਲਾਉਂਦੇ ਨੂੰ ਰਾਤ ਨੂੰ 1:30 ਵੱਜ ਜਾਂਦਾ ਸੀਗਾ ਅਸੀਂ ਇੱਥੇ ਕੰਮ ਕੀਤਾ ਮੇਰੇ ਉਸਤਾਦ ਜੀ ਹਰਜੀਤ ਹੈਰੀ ਜੀ ਹੈਰੀ ਵੁੱਡ ਵਰਕ ਸਾਡੀ ਸਾਰੀ ਟੀਮ ਇੱਥੇ ਆ ਉਹਦੇ ਨਾਮ 'ਤੇ ਇੱਕ ਵਾਰੀ ਤਾੜੀ ਲਾ ਵੈਸੇ ਮੇਰੇ ਪਿਓ ਸਮਾਨ ਨੇ ਹੈ ਸਾਡੀ ਭਰਾਵਾਂ ਵਾਲੀ ਗੱਲਬਾਤ ਜੋ ਵੀ ਮੈਂ ਮੰਗਦਾ ਜੋ ਕੁਛ ਮੈਨੂੰ ਮੇਰੇ ਮਾਂ ਬਾਪ ਨੇ ਨਹੀਂ ਦਿੱਤਾ ਉਹ ਮੈਨੂੰ ਉਹਨਾਂ ਨੇ ਦਿੱਤਾ ਅੱਜ ਮੈਂ ਉਸ ਇਨਸਾਨ ਦਾ ਕਦੇ ਕਰਜ਼ ਨਹੀਂ ਦੇ ਸਕਦਾ ਅਸੀਂ ਥੋੜ੍ਹੇ ਟਾਈਮ ਤਾਂ ਹੀ ਗਾਣਾ ਰਿਕਾਰਡ ਕਰਨ ਜਾ ਰਹੇ ਹਾਂ ਵੈਸੇ ਮੈਨੂੰ ਹਜੇ ਤਾਂ ਗਾਣਾ ਨਹੀਂ ਆਉਂਦਾ ਇਹ ਸਭ ਕਿਰਪਾ ਮੇਰੀ ਪਹਿਲੀ ਮਹਾਮਾਈ ਦੀ ਔਰ ਦੂਸਰੀ ਮੇਰੇ ਉਸਤਾਦ ਜੀ ਔਰ ਬਾਕੀ ਮੇਰੀਆਂ ਭੈਣਾਂ ਬੈਠੀਆਂ ਸਾਡੇ ਨਾਲ ਬੱਲੇ ਔਰ ਇਸ ਮਹਾਮਾਈ ਦੀ ਸਾਰਿਆਂ ਨੇ ਇੱਕ ਗੱਲ ਕਰ ਲਈ ਔਰ ਮੈਂ ਇੱਕ ਉਹ ਮਾਂ ਦੀ ਗੱਲ ਕਰਨ ਲੱਗਿਆ ਜਿਹਨੇ ਆਪਣਾ ਕੁੱਖੋ ਜਨਮ ਦਿੱਤਾ ਦੇਖੋ ਕਈ ਇੱਥੇ ਭਗਤ ਬੈਠੇ ਹੋਣੇ ਭੈਣਾਂ ਹੋਣਗੀਆਂ ਜਾਂ ਵੀਰ ਹੋਣੇ ਜਿਨ੍ਹਾਂ ਨੂੰ ਆਪਣੇ ਆਪਣੇ ਮਾਂ ਬਾਪ ਨਾਲ ਨਹੀਂ ਪਿਆਰ ਉਹ ਆਪਦੀ ਹਵਾ ਜੀ ਤੁਰੇ ਫਿਰਦੇ ਨੇ ਪਰ ਸਭ ਤੋਂ ਵੱਡਾ ਕਰਜ਼ਾ ਆਪਣੇ ਸਿਰ ਆਪਣੀ ਮਾਂ ਦਾ ਹੁੰਦਾ ਅੱਜ ਆਪਾਂ ਸਿਆਣੇ ਬਣ ਗਏ ਪਰ ਮਾਂ ਦਾ ਕਰਜ਼ ਕਦੇ ਵੀ ਕੋਈ ਨਹੀਂ ਦੇ ਸਕਿਆ ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਰੱਖਦੀ ਹੈ ਪਰ ਬੱਚਾ 9 ਦਿਨ ਮਾਂ ਦੀ ਸੇਵਾ ਨਹੀਂ ਕਰ ਸਕਦਾ ਕੋਈ ਬੱਚਾ ਇਹੋ ਜਿਹਾ ਹੋਊਗਾ ਤੇ ਜੋ 9 ਦਿਨ ਆਪਦੀ ਮਾਂ ਦੇ ਪੈਰ ਤੋਂ ਦੁੱਖ ਪੀਂਦਾ ਹੋਵੇ ਸੱਜਣੋ ਆਪਣੇ ਤਾਂ ਮਾਂ ਹੈ ਨਹੀਂ ਤਾਂ ਚਰਨ ਤੋਂ ਦੁੱਖ ਪੀਂਦੇ ਬੜੇ ਨਹੀਂ ਔਰ ਇੱਕ ਮਾਂ ਦੇ ਲਈ ਮੈਂ ਛੋਟੀ ਜਿਹੀ ਗੱਲ ਕਰਨ ਲੱਗਿਆ ਔਰ ਬਾਅਦ ਤੋਂ ਮੈਂ ਅਜਿਹੀਆਂ ਗੱਲਾਂ ਸੁਣਾਵਾਂ ਪਰ ਥੋੜ੍ਹਾ ਟਾਈਮ ਕਿਉਂਕਿ ਕਾਫੀ ਦਿਨ ਹੋ ਗਏ ਕੰਮ ਕਰਦਾ ਥੱਕੇ ਪਏ ਹਜੇ ਵੀ ਨੀਂਦ ਆ ਰਹੀ ਸੀ ਮੈਂ ਸੌ ਰਿਹਾ ਸੀ ਦੀਦੀ ਕਹਿੰਦੇ ਤੁਸੀਂ ਗਾ ਕੇ ਚਾਹੀਦਾ ਆਓ ਵੀਰੇ ਕਿ ਜੋ ਵੀ ਜਿੱਥੇ ਵੀ ਹੈ ਕਿਸੇ ਨੇ ਉੱਠ ਕੇ ਜਾਣਾ ਨਹੀਂ ਇੱਕ ਵਾਰ ਆਪਣੇ ਆਪਣੇ ਮਾਂ ਦੇ ਲਈ ਨਾ ਕਿ ਮੇਰੇ ਲਈ 2 ਮਿੰਟ ਚੱਲ ਬੱਚੀ ਮਾਂ ਦਾ ਦੇਣ ਨਹੀਂ ਤੇ ਸਕਦੇ ਮਾਵਾਂ ਕੀ ਕੀ ਲਾਡ ਲਡੋ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਐਸਾ ਨਾਮ ਇੱਕ ਗੱਲ ਮੈਨੂੰ ਬੜੀ ਚੰਗੀ ਲੱਗਦੀ ਹੈ ਪੁੱਤ ਭਾਵੇਂ ਮੇਰੇ ਵਰਗਾ ਕਾਲਾ ਜਾਂ ਕੌਣ ਹੋਵੇ ਮਾਂ ਲਈ ਹੀਰੇ ਹੀ ਹੁੰਦੇ ਆਪਣੇ ਆਪਣੇ ਮਾਂ ਦੇ ਨਾਮ ਤੇ ਕਰੀ ਤਾੜੀ ਜਾਂਦੇ ਬਚਪਨ ਵੀ ਅੱਜ ਮੈਂ ਭੁੱਲਿਆ ਨਾ ਭੁੱਲਿਆ ਤੇਰੀਆਂ ਚਾਵਾਂ ਨੂੰ ਜੋ ਬਦਲ ਬਦਲ ਕੇ ਰੱਖਦੀ ਸੀ ਨਾ ਭੁੱਲਿਆ ਉਹ ਨਾ ਨਾਵਾਂ ਨੂੰ
सोना हर जन्म देन नहीं दे सकदा तेरे ऐसा ना दामा। मैं एक गल कह दिया जो मेरे दिमाग च गल आ जाती मैं अगले कह देना ना भावा गुस्सा ही लगी एक नचना टुट जावन ओ कलमा रब्बा जो कुड़ियां नू बसा दस दिया ने सर जावन ओ अखा रब्बा जो किसे दी भैन मड़ी निगाह नाल तक दिया ने ओ कुछ तो शर्म करो फिर से वास्ते तू अपने घर दी वास्ते लो जी पाजी व्हाट इज दिस हां अंग्रेजी च ना हो जाए मैडम।